ਹਮ ਫਿੱਟ ਤੋਂ ਇੰਡੀਆ ਫਿੱਟ। ਅੱਜ ਕੱਲ ਇਹ ਹੈਸ਼ਟੈਗ ਤੁਸੀਂ ਕਿੰਨੇ ਹੀ ਸੈਲੀਬ੍ਰਿਟੀਜ਼ ਦੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਚਰਚਾ ਵਿੱਚ ਦੇਖ ਰਹੇ ਹੋ, ਤੇ ਮੈਂ ਹੁਣ ਤੁਹਾਨੂੰ ਦੱਸਦੀ ਹਾਂ ਕਿ ਅਸਲ ਵਿੱਚ ਇਸ ਹੈਸ਼ਟੈਗ ਦੇ ਪਿਛਲੀ ਕਹਾਣੀ ਕੀ ਹੈ। ਅੱਜ ਕੱਲ ਫਿਟਨੈਸ ਨੂੰ ਲੈ ਕੇ ਕਿੰਨੇ ਹੀ ਸੈਲੀਬ੍ਰਿਟੀਜ਼ ਬਹੁਤ ਜ਼ਿਆਦਾ ਕੌਨਸ਼ੀਅਸ ਹੋ ਗਏ ਨੇ, ਤੇ ਉਹਨਾਂ ਵਿੱਚੋਂ ਹੀ ਇੱਕ ਨਾਮ ਹੈ ਸਾਡੇ ਇੰਡੀਅਨ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਜੀ। ਜੀ ਹਾਂ, ਵਿਰਾਟ ਕੋਹਲੀ ਜੀ ਨੂੰ ਸਭ ਤੋਂ ਜ਼ਿਆਦਾ ਫਿਟੈਸਟ ਪਲੇਅਰਸ ਦੇ ਵਿੱਚ ਗਿਣਿਆ ਜਾਂਦਾ ਹੈ। ਅਤੇ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆਈ ਹੈ ਉਹ ਇਹ ਹੈ ਕਿ ਵਿਰਾਟ ਕੋਹਲੀ ਜੀ ਨੇ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ, ਟੀਮਮੇਟ ਅਤੇ ਫਾਰਮਰ ਕੈਪਟਨ ਮਹਿੰਦਰ ਸਿੰਘ ਧੋਨੀ ਤੇ ਨਾਲ ਹੀ ਆਪਣੀ ਵਾਈਫ ਅਨੁਸ਼ਕਾ ਸ਼ਰਮਾ ਨੂੰ ਇੱਕ ਫਿਟਨੈਸ ਚੈਲੰਜ ਕੀਤਾ ਹੈ। ਅਸਲ ਵਿੱਚ ਭਾਰਤ ਦੇ ਪਹਿਲੇ ਇੰਡੀਵਿਜੁਅਲ ਓਲੰਪਿਕ ਮੈਡਲਿਸਟ ਤੇ ਸਾਡੇ ਸਪੋਰਟਸ ਮਿਨਿਸਟਰ ਰਾਜਵਰਧਨ ਰਾਠੌਰ ਜੀ ਨੇ ਸੋਸ਼ਲ ਮੀਡੀਆ ਤੇ ਆਪਣੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਸੀ, ਜਿਸ ਵਿੱਚ ਉਹ ਪੁਸ਼ਅਪਸ ਲਗਾਉਂਦੇ ਹੋਏ ਨਜ਼ਰ ਆਏ ਸਨ। ਤੇ ਇਸ ਵੀਡੀਓ ਨੂੰ ਲੈ ਕੇ ਉਹਨਾਂ ਨੇ ਲੋਕਾਂ ਨੂੰ ਵੀ ਕਿਹਾ ਕਿ ਉਹ ਵੀ ਅੱਗੇ ਚੈਲੰਜ ਕਰਨ ਤੇ ਆਪਣੇ ਫਿਟਨੈਸ ਮੰਤਰਾ ਵਾਲੀ ਵੀਡੀਓ ਨੂੰ ਸ਼ੇਅਰ ਕਰਨ। ਤੇ ਇਸ ਚੈਲੰਜ ਦੇ ਵਿੱਚ ਉਹਨਾਂ ਨੇ ਵਿਰਾਟ ਕੋਹਲੀ ਜੀ ਦੇ ਨਾਲ ਨਾਲ ਚੈਲੰਜ ਕੀਤਾ ਹੈ ਸਾਡੇ ਐਕਟਰ ਰਿਤਿਕ ਰੋਸ਼ਨ ਤੇ ਨਾਲ ਹੀ ਸਾਡੇ ਬੈਡਮਿੰਟਨ ਪਲੇਅਰ ਸਾਨੀਆ ਨਹਿਵਾਲ ਨੂੰ। ਇਸ ਫਿਟਨੈਸ ਫ੍ਰੀਕ ਵਿੱਚ ਕੋਹਲੀ ਜੀ ਨੇ ਚੈਲੰਜ ਨੂੰ ਐਕਸੈਪਟ ਕਰਦੇ ਹੋਏ ਆਪਣੀ ਫੇਵਰੇਟ ਐਕਸਰਸਾਈਜ਼ ਸਪਾਈਡਰ ਪਲੈਂਕਸ ਦੀ ਇੱਕ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਹੈਵ ਅ ਲੁੱਕ। ਤੇ ਵੱਡੀ ਗੱਲ ਸਾਹਮਣੇ ਆਈ ਉਹ ਇਹ ਹੈ ਕਿ ਪੀਐਮ ਮੋਦੀ ਜੀ ਨੇ ਵਿਰਾਟ ਕੋਹਲੀ ਦੇ ਚੈਲੰਜ ਨੂੰ ਐਕਸੈਪਟ ਕਰ ਲਿਆ ਹੈ, ਤੇ ਨਾਲ ਹੀ ਉਹਨਾਂ ਨੇ ਆਪਣੇ ਟਵਿੱਟਰ ਤੇ ਇਹ ਵੀ ਲਿਖਿਆ ਹੈ ਕਿ ਉਹ ਆਪਣੀ ਫਿਟਨੈਸ ਵੀਡੀਓ ਵੀ ਜਲਦੀ ਹੀ ਅਪਲੋਡ ਕਰਨਗੇ। ਜੇ ਦੇਖਿਆ ਜਾਵੇ ਤਾਂ ਪੀਐਮ ਮੋਦੀ ਜੀ ਸ਼ੁਰੂ ਤੋਂ ਹੀ ਫਿਟਨੈਸ ਦੇ ਫੇਵਰ ਵਿੱਚ ਰਹੇ ਹਨ ਤੇ ਉਹ ਯੋਗਾ ਨੂੰ ਵੀ ਕਾਫੀ ਪ੍ਰਮੋਟ ਕਰ ਰਹੇ ਨੇ। ਤੁਸੀਂ ਵੀ ਆਪਣੀ ਫਿਟਨੈਸ ਵੀਡੀਓ ਨੂੰ ਜਲਦੀ ਹੀ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ ਤੇ ਆਪਣੇ ਫਰੈਂਡਸ ਨੂੰ ਚੈਲੰਜ ਕਰੋ, ਕਿਉਂਕਿ ਹਮ ਫਿੱਟ ਤੋਂ ਇੰਡੀਆ ਫਿੱਟ। kapru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।